ਮੁਲਕ ਵਿੱਚ ਕੋਰੋਨਾ ਦੇ ਟਾਕਰੇ ਲਈ ਸਰਕਾਰਾਂ ਨੇ ਰਾਹ ਸੋਸ਼ਲ ਡਿਸਟੈਂਸਿੰਗ ਵਾਲਾ ਵਰਤਿਆ। ਪੂਰੇ ਮੁਲਕ ਵਿੱਚ ਤਾਲਾਬੰਦੀ ਦਾ ਐਲਾਨ ਹੋ ਗਿਆ, ਪਰ ਇੱਥੇ ਸਵਾਲ ਹੁਣ ਇਹ ਉੱਠਣ ਲੱਗੇ ਹਨ ਕਿ ਮੁਸੀਬਤ ਦੋਹਰੀ ਮੂੰਹ ਅੱਡੀ ਖੜੀ ਹੈ। ਇੱਕ ਪਾਸੇ ਕੋਰੋਨਾ ਮਹਾਂਮਾਰੀ ਪੈਰ ਪਸਾਰ ਰਹੀ ਹੈ ਤਾਂ ਉੱਪਰੋਂ ਤਾਲਾਬੰਦੀ ਕਰਕੇ ਭੁੱਖਮਰੀ ਦਾ ਸੰਕਟ ਵੀ ਮੂੰਹ ਅੱਡਣ ਲੱਗਾ ਹੈ। ਤਾਲਾਬੰਦੀ ਦਾ ਫੈਸਲਾ ਲਾਜ਼ਮੀ ਸੀ। ਦੇਸ਼ ਦੀ ਸਮਾਜਿਕ, ਆਰਥਿਕ ਅਤੇ ਸਿਹਤ ਸਹੂਲਤਾਂ ਨਾਲ ਤਿਆਰੀ ਦੇ ਮੱਦੇਨਜ਼ਰ ਸਾਡੇ ਕੋਲ ਹੋਰ ਕੋਈ ਵਿਕਲਪ ਨਹੀਂ ਸੀ। ਇਹ ਇੱਕ ਕਾਰਗਰ ਰਾਹ ਸੀ, ਪਰ ਇਸ ਤਾਲਾਬੰਦੀ ਦੇ ਐਲਾਨ ਨਾਲ ਹੋਣ ਵਾਲੀਆਂ ਦਿੱਕਤਾਂ ਬਾਰੇ ਵਿਸ਼ਲੇਸ਼ਣ ਕਰਨ ਦੀ ਲੋੜ ਸੀ। ਉਹ ਐਲਾਨ 2-3 ਦਿਨ ਦਾ ਵਕਫਾ ਪਾ ਕੇ ਵੀ ਕੀਤਾ ਜਾ ਸਕਦਾ ਸੀ, ਜਿਸ ਨਾਲ ਸੂਬਾ ਸਰਕਾਰਾਂ ਅਤੇ ਆਮ ਲੋਕਾਂ ਨੂੰ ਵਿਉਂਤਬੰਦੀ ਕਰਨ ਦਾ ਸਮਾਂ ਮਿਲ ਜਾਂਦਾ ਅਤੇ ਜ਼ਿਆਦਾਤਰ ਅਸਰਦਾਰ ਤਰੀਕੇ ਨਾਲ ਲਾਗੂ ਹੋ ਸਕਦਾ। ਹੁਣ ਵੀ ਭਾਵੇਂ ਦੇਸ਼ ਦੇ ਸੱਤਾ ਦੇ ਨੁਮਾਇੰਦੇ ਇਸ ਨੂੰ ਆਪਣੀ ਸ਼ਾਬਾਸ਼ੀ ਦੇ ਲਹਿਜੇ ਵਿੱਚ ਪ੍ਰਚਾਰ ਰਹੇ ਹਨ ਕਿ ਤਾਲਾਬੰਦੀ ਬਹੁਤ ਹੀ ਸਟੀਕ ਸਮੇਂ 'ਤੇ ਕੀਤੀ ਗਈ, ਜੋ ਕੇਸ ਲੱਖਾਂ ਦੀ ਗਿਣਤੀ ਵਿੱਚ ਹੋਣੇ ਸੀ ਹਜ਼ਾਰਾਂ ਤੱਕ ਮਹਿਦੂਦ ਹੋ ਗਏ ਅਤੇ ਅਸੀਂ ਮਹਾਂਮਾਰੀ ਦੇ ਤੀਸਰੇ ਪੜਾਅ ਵਿੱਚ ਦਾਖਲ ਹੋਣ ਤੋਂ ਫਿਲਹਾਲ ਬਚ ਗਏ। ਵੈਸੇ ਇਹ ਸਮਾਂ ਅਜੇ ਆਪਣੇ ਫੈਸਲਿਆਂ ਨੂੰ ਲੈ ਕੇ ਸੋਹਲੇ ਗਾਉਣ ਦਾ ਨਹੀਂ। ਜੋ ਵੀ ਤਾਲਾਬੰਦੀ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ, ਇਹ ਗੱਲ ਤਾਂ ਮੰਨਣੀ ਚਾਹੀਦੀ ਹੈ ਕਿ ਦੇਸ਼ ਦੀ 80-85% ਆਬਾਦੀ ਲਈ ਕੋਈ ਗੰਭੀਰ ਚਿੰਤਨ ਨਹੀਂ ਕੀਤਾ ਗਿਆ। ਉੱਚ ਵਰਗ ਅਤੇ ਮੱਧ ਵਰਗ ਦੇ ਨਜ਼ਰੀਏ ਤੋਂ ਇਹ ਸਫਲ ਅਤੇ ਠੀਕ ਹੋ ਸਕਦਾ ਹੈ। ਉਹ ਘਰੋਂ ਕੰਮ ਵੀ ਕਰ ਸਕਦੇ ਹਨ ਅਤੇ ਉਹਨਾਂ ਕੋਲ 2-4 ਮਹੀਨਿਆਂ ਲਈ ਘਰ ਵਿੱਚ ਖਾਣ ਪੀਣ ਦੀ ਕੋਈ ਦਿੱਕਤ ਵੀ ਨਹੀਂ। ਪਰ ਇਹ ਵੀ ਸੱਚ ਹੈ ਕਿ ਦੇਸ਼ ਵਿੱਚ ਤਕਰੀਬਨ 45 ਕਰੋੜ ਕਾਮੇ ਹਨ। ਉਹਨਾਂ ਵਿੱਚੋਂ 95% ਬਿਨਾਂ ਕਿਸੇ ਨੇਮ ਤੋਂ ਕੰਮ ਕਰਨ ਵਾਲੇ ਹਨ। ਉਹ ਰਾਤੋ ਰਾਤ ਹੀ ਬੇਰੁਜ਼ਗਾਰ ਹੋ ਗਏ, ਜਿਨ੍ਹਾਂ 'ਚੋਂ ਕਿੰਨੇ ਕੁ ਹਨ ਜੋ ਅਜਿਹੀ ਅਚਾਨਕ ਆਈ ਆਫ਼ਤ ਵੇਲੇ 1 ਮਹੀਨੇ ਦਾ ਰਾਸ਼ਨ ਲੈ ਕੇ ਬੈਠੇ ਹੋਣ। ਇਹਨਾਂ 3 ਹਫ਼ਤਿਆਂ ਦੇ ਲੌਕਡਾਊਨ ਨਾਲ ਸਾਹਮਣੇ ਆਈ ਹਾਲਤ ਬਾਰੇ ਕਿਸੇ ਤੋਂ ਕੁਝ ਲੁਕਵਾ ਨਹੀਂ। ਜੇ ਰਾਸ਼ਨ ਵੰਡਣ ਜਾਂ ਲੰਗਰ ਲਗਾਉਣ ਦੇ ਤਰੀਕਿਆਂ ਵਿੱਚ ਵਿਤਕਰੇ ਛੱਡ ਵੀ ਦਈਏ ਤਾਂ ਕੀ ਸਰੀਰਕ ਦੂਰੀ ਵਾਲੀ ਹਦਾਇਤ ਸਹੀ ਤਰੀਕੇ ਨਾਲ ਮੰਨੀ ਗਈ ਹੈ? ਜਨਧਨ ਖਾਤੇ 'ਚੋਂ 500 ਰੁਪਏ ਲੈਣ ਗਈਆਂ ਔਰਤਾਂ 'ਤੇ ਪੁਲਿਸ FIR ਦਰਜ ਕਰਦੀ ਹੈ ਅਤੇ 10,000 ਰੁਪਏ ਦੀ ਜ਼ਮਾਨਤ ਬਾਅਦ ਉਹ ਰਿਹਾਅ ਹੁੰਦੀਆਂ ਹਨ। 21 ਦਿਨ ਦੇ ਲੌਕਡਾਊਨ ਦਾ ਜੋ ਮਕਸਦ ਸੀ, ਉਸ ਦੌਰਾਨ ਕੁਝ ਵਧੇਰੇ ਮਾਰ ਵਾਲੇ ਖਿੱਤੇ ਪਛਾਣੇ ਜਾਣ ਦੀ ਉਮੀਦ ਸੀ, ਜੋ ਕਾਫ਼ੀ ਹੱਦ ਤੱਕ ਪਛਾਣੇ ਵੀ ਗਏ। ਅਜੇ ਵੀ ਕਈ ਇਲਾਕੇ ਹਨ ਜਿੱਥੋਂ ਪਿਛਲੇ 3 ਹਫ਼ਤਿਆਂ ਦੌਰਾਨ ਕੋਈ ਕੇਸ ਨਹੀਂ ਆਇਆ। ਪੰਜਾਬ ਵਿੱਚ ਵੀ ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ, ਤਰਨ ਤਾਰਨ, ਚੋਹਾਲੇ ਕੋਈ ਕੇਸ ਸਾਹਮਣੇ ਨਹੀਂ ਆਇਆ। ਇਹਨਾਂ ਤੱਥਾਂ ਨੂੰ ਸਿਹਤ ਮਾਹਿਰਾਂ ਨਾਲ ਸਾਂਝਾ ਕਰਕੇ ਅਲੱਗ ਅਲੱਗ ਤਰ੍ਹਾਂ ਦੀ ਵਿਉਂਤਬੰਦੀ ਕਰਨੀ ਬਣਦੀ ਸੀ, ਨਾ ਕਿ ਸਾਰਿਆਂ ਲਈ ਇੱਕੋ ਜਿਹਾ ਫੈਸਲਾ ਸੁਣਾ ਦਿੱਤਾ ਜਾਂਦਾ। ਇਹ ਫੈਸਲਾ ਪੂਰੇ ਦੇਸ਼ 'ਤੇ ਲਾਗੂ ਕਰਨਾ ਬਣਦਾ ਸੀ। ਕੇਰਲਾ ਮਾਡਲ 'ਤੇ ਵੀ ਜ਼ਰੂਰੀ ਅਧਿਐਨ ਕਰਨਾ ਚਾਹੀਦਾ ਹੈ। ਜਿੱਥੇ ਕਿਤੇ ਵੀ ਸਹੀ ਮਾਇਨਿਆਂ ਵਿੱਚ ਵਧੇਰੇ ਮਾਰ ਵਾਲੇ ਖਿੱਤੇ ਹਨ, ਉਹਨਾਂ ਨੂੰ ਪੂਰੀ ਤਰ੍ਹਾਂ ਸੀਲ ਕਰਨਾ ਚਾਹੀਦਾ ਹੈ ਅਤੇ ਕੋਰੋਨਾ ਮੁਕਤ ਇਲਾਕਿਆਂ, ਜ਼ਿਲ੍ਹਿਆਂ ਅੰਦਰ ਸਾਰੇ ਕੰਮ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਤਾਂ ਜੋ ਗਰੀਬ ਮਜ਼ਦੂਰ ਕਾਮੇ ਕੋਈ ਕੰਮ ਧੰਦਾ ਕਰ ਸਕਣ। ਇਹ ਠੀਕ ਹੈ ਕਿ ਸਕੂਲ, ਕਾਲਜ, ਰੈਸਤਰਾਂ, ਧਾਰਮਿਕ ਅਦਾਰਿਆਂ ਨੂੰ ਹੀ ਬੰਦ ਰੱਖਿਆ ਜਾਵੇ। 2 ਹਫ਼ਤੇ ਹੋਰ ਅੱਗੇ ਵਧਾ ਕੇ ਅਸੀਂ ਗਰੀਬਾਂ ਦੀ ਭੁੱਖ ਦੀ ਹਾਲਤ ਨੂੰ ਹੋਰ ਅੱਗੇ ਲਿਜਾ ਰਹੇ ਹਾਂ ਅਤੇ ਉਸਦੇ ਸਿੱਟਿਆਂ ਤੋਂ ਵਾਕਫ ਨਹੀਂ ਹਾਂ। ਸਵੈਸੇਵੀ ਸੰਸਥਾਵਾਂ ਜਾਂ ਅਜਿਹੇ ਹੋਰ ਉਦਮਾਂ ਦੇ ਬਾਵਜੂਦ ਇਹ ਸਭ ਵਿਉਂਤਬੰਦੀ ਤੋਂ ਪਰੇ ਦੇ ਕਾਰਨ ਹਨ। ਚੰਗਾ ਕੰਮ ਵੀ ਹੋ ਰਿਹਾ ਹੈ, ਫੋਟੋ ਸੈਸ਼ਨ ਵੀ। ਦਾਨੀਆਂ ਸੁਸਾਇਟੀਆਂ ਨੂੰ ਪ੍ਰਸ਼ਾਸਨ ਨਾਲ ਮਿਲ ਕੇ ਲੋਕਲ ਪ੍ਰਬੰਧਕੀ ਅਮਲੇ ਦੇ ਸਹਿਯੋਗ ਨਾਲ ਸਹੀ ਅਰਥਾਂ ਵਿੱਚ ਲੋੜਵੰਦ ਲੋਕਾਂ ਨੂੰ ਜੋ ਵੀ ਮਦਦ ਬਣਦੀ ਹੈ ਦਰਵਾਜ਼ਾ ਖੜਕਾ ਕੇ ਦੇਣੀ ਚਾਹੀਦੀ ਹੈ, ਨਾ ਕਿ ਇਕੱਠ ਕਰਕੇ। ਸਾਡੇ ਕੋਲ ਪਿੰਡ ਪੱਧਰ ਅਤੇ ਬੂਥ ਪੱਧਰ 'ਤੇ ਸਾਰੀ ਸੂਚਨਾ ਹੈ। ਇਸ ਦੇ ਨਾਲ ਹੀ ਕੋਰੋਨਾ ਬਾਰੇ ਸਾਡੀ ਫਿਕਰਮੰਦੀ 'ਤੇ ਕੋਈ ਸ਼ੱਕ ਨਹੀਂ, ਪਰ ਦੂਜੇ ਪਾਸੇ ਲਗਾਤਾਰ ਹੋਰ ਬਿਮਾਰੀਆਂ ਤੋਂ ਪੀੜਿਤ ਹੋ ਰਹੇ ਲੋਕ ਅਤੇ ਲੰਮੀਆਂ ਬਿਮਾਰੀਆਂ, ਦਿਲ, ਸ਼ੂਗਰ, ਕੈਂਸਰ ਆਦਿ ਦੇ ਮਰੀਜ਼ ਵੀ ਆਪਣੇ ਰੈਗੂਲਰ ਚੈੱਕਅਪ ਲਈ ਖੱਜਲ ਖੁਆਰ ਹੋ ਰਹੇ ਹਨ। ਉਹਨਾਂ ਨੂੰ ਵੀ ਫਿਕਰਮੰਦੀ ਦੀ ਸੂਚੀ ਵਿੱਚ ਥਾਂ ਮਿਲਣੀ ਚਾਹੀਦੀ ਹੈ। ਤਾਂ ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ। ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕੋਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕੋਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ, LORs, SOP 'ਚ ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।